اعوذ باللہ من الشیطان الرجیم بسم اللہ الرحمن الرحیم اسلام علیکم دیر سٹوڈنٹ کلاس فرسٹ ایر آج میں سارا ٹاپک ہے نوام مزفر خان شہید نوام مزفر خان شہید ہے تعلق ملتان نال ہے ملتان دیرامن نال ہے ابدالی جو انہوں دی پیدائش ہے ਇਹ ਮਜ਼ਮੂਨ ਉਹਨਾਂ ਦੇ ਬਾਰੇ ਵਿੱਚ ਮਾਲੂਮਾਤ ਉਹਨਾਂ ਦੇ ਹਾਲਾਤ ਜ਼ਿੰਦਗੀ ਅਤੇ ਜਿਹੜੀ ਉਹਨਾਂ ਦੇ ਮੁਲਤਾਨ ਵਿੱਚ ਯਾਨੀ ਜੰਗੀ ਕੋਸ਼ਿਸ਼ਾਂ ਹਨ ਉਹਨਾਂ ਦੇ ਉਹਦੇ ਬਾਰੇ ਵਿੱਚ ਬਿਆਨ ਕੀਤਾ ਗਿਆ ਤਹਿਰੀਰ ਏ ਡਾਕਟਰ ਮਕਬੂਲ ਹਸਨ ਗਿਲਾਨੀ ਦੀ ਡਾਕਟਰ ਮਕਬੂਲ ਹਸਨ ਗਿਲਾਨੀ ਵੀ ਮੁਲਤਾਨ ਦੇ ਰਹਿਣ ਵਾਲੇ ਹਨ ਉਹਨਾਂ ਦਾ ਵਾਈ ਇਲਾਕਾ ਸ਼ਜਾਬਾਦ ਹੈ ਅਤੇ ਇੱਕ ਉਹਦੇ ਨਾਲ ਜਾ ਪੈਦਾਇਸ਼ ਦਾ ਵੀ ਰਿਲੇਸ਼ਨਸ਼ਿਪ ਹੁੰਦਾ ਕਿ ਨਵਾਬ ਮੁਜ਼ਫਰ ਖਾਨ ਨਵਾਬ ਸ਼ਜਾ ਖਾਨ ਦਾ ਤਾਲੁਕ ਸ਼ਜਾਬਾਦ ਨਾਲ ਨਹੀਂ ਮੇਜਤੋ ਉਹਨਾਂ ਨਾਲ ਨਹੀਂ ਇਹ ਇਹਨੇ ਆਪਣੇ ਮਜ਼ਮੂਨ ਵਿੱਚ ਆਪਣੇ ਕੌਮੀ ਆਖੋ ਕੌਮੀ ਹੀਰੋ ਕੋ ਇਹ ਆਪਣੇ ਇਲਾਕੇ ਦੇ ਹੀਰੋ ਕੋ ਬਿਆਨ ਕੀਤਾ ਹੈ ਨਵਾਬ ਮੁਜ਼ਫਰ ਖਾਨ ਸ਼ਹੀਦ ਨਵਾਬ ਮੁਜ਼ਫਰ ਖਾਨ ਸ਼ਹੀਦ ਸਲਤਨਤ ਮਲਤਾਨ ਦੇ ਹੁਕਮਰਾਨ ਹੈ ਉਹਨਾਂ ਦਾ ਤਾਲੁਕ ਪਠਾਨਾ ਦੇ ਮਹਰੂਫ ਕਬੀਲੇ ਸਦ ਸਈਦੀ ਟੈਂਗਣੀ یعنی مطلب شاہ خان ਖੇਲ ਨਾਲ ਹੈ ਸਦ ਜ਼ਈ ਕਬੀਲਾ ਦੁਰਾਨੀਆਂ ਯਾਨੀ ਅਫਦਾਲੀਆਂ ਦੀ ਲੜੀ ਵਿੱਚ ਹਾਂ ਅਫਗਾਨੀ ਕਬੀਲੇ ਨਵਾਬ ਮੁਜ਼ਫਰ ਖਾਨ 1818 ਵਿੱਚ ਰਣਜੀਤ ਸਿੰਘ ਨਾਲ ਲੜਦੇ ਹੋਏ ਆਪਣੇ ਪੰਜ ਪੁੱਤਰਾਂ ਤੇ ਇੱਕ ਦੇਸ ਮੈਥ ਮਲਤਾਨ ਦੀ ਫਤਕ ਰਹਿੰਦੇ ਹੋਏ ਜਾਨ ਦੀ ਵਾਜ਼ੇ ਹਾਰ ਗਿਆ ਨਵਾਬ ਮੁਜ਼ਫਰ ਖਾਨ ਦੇ ਵਰੀ ਕਹੇ ਜਾਂ ਬਜ਼ੁਰਗ ਆ ਕਿ ਨਵ ਅਫਗਾਨਿਸਤਾਨ ਕੋ ਨਵਲਤਾਨabat ਹੈ ਨਵਾਬ ਮੁਜ਼ਫਰ ਖਾਨ ਦਾ تعلق ਸਦੋਖਾਨ ਦੇ ਦੀ ਨੀ ਪਰਸਨਲ ਹੈ ਸਦੂ ਖਾਨ ਦੇ ਪੁੱਤਰ ਸ਼ਾ ਹੁਸੈਨ ਖਾਨ ਤੇ ਅਲਾਦਦ ਖਾਨ ਮਲਤਾਨ ਵਿੱਚ ਵਾਦੰਦੇ ਤੇ ਰੰਗਪੁਰ ਜ਼ਿਲ੍ਹਾ ਮੁਜ਼ਫਰਗੜ ਵਿੱਚ ਆਪਣੀ ਜੰਗੀਰ ਸੰਭਾਲ ਕੀਤੀ ਅਲਾਦਦ ਖਾਨ ਦਾ ਪੁੱਤਰ ਆਬਿਦ ਖਾਨ ਨਵਾਂ ਮੁਜ਼ਫਰ ਖਾਨ ਦਾ ਦਾਦਾ ਆਬਿਦ ਖਾਨ ਮਲਤਾਨੀ ਪਠਾਣਾ ਦਾ ਸਰਗਰਦਾ ਵਡੇਰਾ ਹੈ ਤੇ ਮਲਤਾਨ ਅਜ ਅਸਲੀ ਤੌਰ ਤੇ ਸਦਜਈ ਪਠਾਣਾ ਦਾ ਨੁਮਾਇੰਦਾ ਹਾਜੀ ਕੋ ਹਕੂਮਤ تسلیم ਕੀਤਾ ਸਤਾਰਾਂ ਸੌ ਛੱਬੀ ਵਿੱਚ ਅਬਦੁਲਸਮਦ ਖਾਨ ਮੁਲਤਾਨ ਦਾ ਗਵਰਨਰ ਬਣਿਆ ਅਤੇ ਨਵਾਬ ਆਬਿਦ ਖਾਨ ਉਹਦਾ ਵੱਡਾ ਮੁਸ਼ੀਰ ਹੈ ਅਬਦੁਲਸਮਦ ਖਾਨ ਦੇ ਬਾਅਦ ਲਾਹੌਰ ਦਾ ਗਵਰਨਰ ਜ਼ਿਕਰੀਆ ਖਾਨ ਬਣਿਆ ਤਾਂ ਉਹ ਆਬਿਦ ਖਾਨ ਕੋ ਮੁਲਤਾਨ ਵਿੱਚ ਆਪਣਾ ਨਾਇਬ ਗਵਰਨਰ ਬਣਾ ਦਿੱਤਾ ਬਾਅਦ ਵਿੱਚ ਨਵਾਬ ਸ਼ੁਜਾ ਖਾਨ ਜਿਹੜੇ ਨਵਾਬ ਮੁਜ਼ੱਫਰ ਖਾਨ ਦੇ ਵਾਲਿਦ ਹਨ ਉਹਨਾਂ ਕੋ ਨਵਾਬ ਜ਼ਾਹਿਦ ਖਾਨ ਦੇ ਬਾਅਦ ਮਲਤਾਨ ਵਿੱਚ ਪਠਾਣ ਆਪਣਾ ਸਰਦਾਰ ਬਣਾਇਆ ਇਹ ਸ਼ਹਿਰ ਕੋ ਨਵਾਬ ਸ਼ੁਜਾ ਖਾਨ ਤਰੱਕੀ ਦਿੱਤੀ ਤੇ ਆਪ ਵੀ ਮਲਤਾਨ ਕੋ ਨੂੰ ਸ਼ੁਜਾਬਾਦ ਮੁੰਤਕਿਲ ਥੀ ਗਏ 1759 ਵਿੱਚ ਨਵਾਬ ਸ਼ੁਜਾ ਖਾਨ ਫੌਤ ਹੋਇਆ ਉਹਦਾ ਮਕਬਰਾ ਸ਼ੁਜਾਬਾਦ ਵਿੱਚ ਅੱਜ ਵੀ ਮੌਜੂਦ ਹੈ ਨਵਾਬ ਮੁਜ਼ੱਫਰ ਖਾਨ ਅਹਿਮਦ ਚਾਦਰਾਨੀ ਦੇ ਜ਼ਮਾਨੇ ਵਿੱਚ 1747 ਵਿੱਚ ਮਲਤਾਨ ਵਿੱਚ ਜੰਮੇ ਉਹ ਜ਼ਮਾਨੇ ਮਲਤਾਨ ਦਾ ਗਵਰਨਰ ਨਵਾ ਮੁਹੰਮਦ ਅਲੀ ਖਾਨ ਹੋਗਾ ਨਹੀਂ ਹਾਂ ਇਹ ਸਾਰਾ ਨਵਾ ਮੁਜ਼ਫਰ ਖਾਨ ਦੇ ਯਾਨੀ ਉਹਨਾਂ ਦੇ ਖਾਨਦਾਨ ਦੇ ਬਾਰੇ ਵਿੱਚ ਉਹਨਾਂ ਦੇ ਨੜੀ ਦਾ ਪੂਰਾ ਇੰਟਰੋਡਕਸ਼ਨ ਹੈ ਇਹਮ ਜਬ ਅਦਾਲੀ ਮਲਤਾਨ ਅਸ਼ੀਸ਼ ਮੈਲ ਵਿੱਚ ਜੰਮਿਆ ਯਾਨੀ ਪੈਦਾ ਹੋਇਆ ਜਿੰਦੀ ਜਮਜਾ ਪੈਦਾਇਸ਼ ਦੀ ਜਗਾ ਅੱਜ ਵੀ ਮਲਤਾਨ ਅਸ਼ਦਾਲੀ ਰੋਡ ਤੇ ਮੌਜੂਦ ਹੈ ਅਸ਼ੀਸ਼ ਮੈਲ ਨਵਾਬ ਸ਼ਾਕਰ ਖਾਨ ਕੋ ਨਵਾਬ ਜ਼ਹਿਦ ਖਾਨ ਦੀ ਤਰਫੋਂ ਮਿਲਿਆ ਹਾਂ ਜਿਹੜਾ ਨਵਾਬ ਸ਼ਜਾਹ ਖਾਨ ਦਾ ਵਿਰਾਸਾ ਹੈ ਨਵਾਬ ਮੁਜ਼ੱਫਰ ਖਾਂ ਮਹਿਲ ਵਿੱਚ ਜਮ੍ਹਾ ਜਿਨ੍ਹਾਂ ਦੇ ਵਿੱਚ ਅਹਿਮਦ ਸ਼ਾਹ ਦੁਰਾਨੀ ਜਮ੍ਹਾ ਮੌਜੂਦਾ ਮੁਲਤਾਨ ਇੰਸਟੀਟਿਊਟ ਫਾਰ ਕਾਰਡੀਓਲੋਜੀ ਵਿੱਚ ਜਾ ਤੇ ਬਣਾ ਹੈ ਯਾਨੀ ਕਿ ਜਿਹੜੇ ਨਵਾਬ ਮੁਜ਼ੱਫਰ ਖਾਂ ਦਾ ਮਹਿਲ ਹੈ ਪੈਦਾਇਸ਼ ਦੀ ਜਗ੍ਹਾ ਹੈ ਅਹਿਮਦ ਸ਼ਾਹ ਦੁਰਾਨੀ ਦੇ ਪੈਦਾਇਸ਼ ਦੀ ਜਗ੍ਹਾ ਹੈ ਹੁਣ ਉਥਾਂ ਇੰਸਟੀਟਿਊਟ ਆਫ ਕਾਰਡੀਓਲੋਜੀ ਬਣਾ ਹੋਇਆ ਹੈ ਨਵਾਬ ਮੁਜ਼ੱਫਰ ਖਾਂ ਦੇ ਤਰਫ ਹਨ ਨਵਾਬ ਸ਼ਜਾ ਖਾਂ ਕੋਲ ਨਾਲ ਬੜੀ ਮੁਹੱਬਤ ਹੈ ਘਰ ਦਾ ਮਾਹੌਲ ਵੀ تعلیمی ਹੈ ਉਹਨਾਂ ਖੁਦ ਵੀ ਆਪਣੇ ਪੁੱਤਰ ਨੂੰ ਯਾਨੀ ਨਵਾਬ ਮੁਜ਼ੱਫਰ ਖਾਨ ਕੋਲ ਇਲਮ ਦੀ ਦੌਲਤ ਨਾਲ ਮਾਲਾਮਾਲ ਕੀਤਾ ਇਸ ਤਰ੍ਹਾਂ ਆਪਣੇ ਵਾਲਿਦ ਦੇ ਸ਼ਗਿਰਦ ਹਨ ਕੁਝ ਅਰਸੇ ਬਾਅਦ ਮੌਲਾਨਾ ਮੁਹੰਮਦ ਮੂਸਾ ਸਦੀਕੀ ਤੋਂ تعلیم ਹਾਸਲ ਕੀਤੀ ਵਾਲ ਜਦ ਨਵਾਬ ਸ਼ਜਾ ਖਾਨ ਨੇ ਮਲਤਾਨ ਛੋੜ ਕੇ ਸ਼ਜਾਬਾਦ ਰਿਹਾਇਸ਼ ਰੱਖੀ ਤਾਂ ਨਵਾਬ ਮੁਜ਼ੱਫਰ ਖਾਨ ਉੱਥੇ ਵੀ ਦੇਨ تعلیم ਸ਼ਜਾਬਾਦ ਦੇ ਕਾਜ਼ੀ ਖਾਨਦਾਨ ਦੇ ਬਜ਼ੁਰਗਾਂ ਤੋਂ ਹਾਸਲ ਕੀਤੀ ਵਾਲ ਬਾਤਨੀ ਅਲੂਮ ਤੇ ਤਸਵਵ ਦਾ ਇਲਮ حضرت جمال اللہ ملطانی تو حاصل کیتا نواب مظفر خان نے تیر اندازی دفن جنگ جوی سپاہگری جنگ جوی سپاہگری تے شمشیر زنی دی تربیت بھی حاصل کیتی 12 13 سال دی عمر وچ نواب شجاع خان نے اپ کو مظفر گڑھ دے علاقے دا حکمران بنایا 1775 ਵਿੱਚ ਨਵਾਂ ਮੁਜ਼ਫਰ ਖਾਨ ਦੀ ਕਾਇਦਾ ਤੇ ਇੱਕ ਵਕਤ ਕਾਬਿਲ ਗਿਆ ਉਮਰੇ ਉਹਨਾਂ ਦੀ ਉਮਰ 17-18 ਸਾਲ ਹੈ ਤਾਂ ਉਹਨਾਂ ਨੇ ਆਪਣੀ ਕਾਬਲੀਅਤ ਵਿਦਨਾਲ ਤੈਮੂਰ ਸ਼ਾਦੁਰਾਨੀ ਦੇ ਦਰਬਾਰ ਵਿੱਚ ਖਾਸੀ ਇੱਜ਼ਤ ਹਾਸਲ ਕੀਤੀ ਤੇ ਉਹਨਾਂ ਨੂੰ ਸ਼ਾਹੀ ਦਰਬਾਰ ਤੇ ਕਾਬਿਲ ਦੇ ਸਿਆਸੀ ਹਾਲਾਤ ਨਾਲ ਵਕੀਅਤ ਹਾਸਿਲ થઈ। नवाब मुजफ्फर खान अपने वाले दिरे निगरानी मुजफ्फरगढ़ की हुक्मरानी का तजर्बा हासिल करने के बाद का इंतजाम भी संभाला यानी कि मुजफ्फरगढ़ के हुक्मरान भी रहे वालों के नाल शाहजाबाद का इंतजाम भी संभाला बहुत काबिल इंसान हैं मुल्तान दे मुहासरे के दौरान ਨਵਾਬ ਸ਼ਹੀਦ ਨੇ ਆਪਣੀ ਬਹਾਦਰੀ ਦੇ ਕਮਾਲਾਦਨਾ ਸਿੱਖਾਂ ਕੋ ਮਲਤਾਨਾ ਵੜਨ ਦਿੱਤਾ ਜਿਹੜੇ ਵਲੇ ਸਿੱਖਾਂ ਨੇ ਮਲਤਾਨ ਤੇ ਹਮਲਾ ਕੀਤਾ ਤੇ ਮਲਤਾਨ ਦੇ ਕਿਲੇ ਦਾ ਮੁਹਾਸਰਾ ਕੀਤਾ ਨਵਾਬ ਸ਼ਹੀਦ ਨਵਾਬ ਮੁਜ਼ਫਰ ਖਾਨ ਨੇ ਬੜੀ ਬਹਾਦਰੀ ਨਾਲ ਉਹਨਾਂ ਦਾ ਮੁਕਾਬਲਾ ਕੀਤਾ ਤੇ ਵਲ ਜਿਹੜਾ ਸਿੱਖਾਂ ਸ਼ਜਵਾਦ ਮੁਹਾਸਰਾ ਕੀਤਾ ਮਲਤਾਨ ਕੋਲ ਹਟ ਕੇ ਜਿਹੜੇ ਵਲੇ ਸਿੱਖਾਂ ਨੇ ਸ਼ਜਵਾਦ ਮੁਹਾਸਰਾ ਕੀਤਾ ਤਾਂ ਨਵਾਬ ਸ਼ਹੀਦ ਨੇ ਸਿੱਖਾਂ ਦੇ ਮੋਰਚੇ ਤੇ ਹਮਲੇ ਕਰਦੇ ਉਹਨਾਂ ਕੋ ਵੱਡਾ ਨੁਕਸਾਨ ਪਹੁੰਚਾਇਆ ਮੋਰਚੇ ਯਾਨੀ ਜਿਹੜੇ ਉਹਨਾਂ ਦੇ ਫੌਜੀ ਮੋਰਚੇ ਬਣਾਏ ਨੇ ਨਿਸ਼ਾਨਦਹੁ ਜਗਾ ਬਣਾਏ ਨੇ ਉਹਨਾਂ ਤੇ ਵੀ ਹਮਲਾ ਕਰ ਦਿੱਤਾ ਰਣਜੀਤ ਸਿੰਘ ਮਲਤਾਨ ਦੀ ਫਤਿਹ ਦਾ ਖਾਬਦੇ ਦਾ ਹਾਂ ਉਹ ਨਵਾਬ ਮੁਜ਼ਫਰ ਖਾਨ ਦੀ ਤਾਕਤ ਜਾਂਚਣਾ ਚਾਹੁੰਦਾ ਹ ਉਹ ਇੱਕ ਵੱਡੀ ਫੌਜ ਨਾਲ 1802 ਵਿੱਚ ਮਲਤਾਨ ਆਇਆ ਪਰ ਨਵਾਬ ਮੁਜ਼ਫਰ ਖਾਨ ਦੀ ਤਾਕਤ ਤੇ ਹੁਸ਼ਿਆਰੀ ਨੂੰ ਦੇਖ ਕੇ ਸਮਝ ਗਿਆ ਜੋ ਨਵਾਬ ਜ਼ਫਰ ਖਾਨ ਕੋ ਸਿਰਫ ताकत न शिकस्त देना बहु काम है यानी वो को पता चल गया कि नवाब मुजफ्फर खान ने ताकत का अजमावाना चाहता है उन्होंने फौजी ताकत बारे बारे। के बारे तुम्हारी बहादुरी के बारे तो वाल रणजीत सि अंदाजा थी है कि नवाब मुजफ्फर खान की फौजी ताकत भी बहु है तो आप भी बड़े हिम्मत के जज्बे आए इंसान है वजह तो न ਜੰਗ ਕਰਕੇ ਕੋਈ ਸ਼ਿਕਸਤ ਨਹੀਂ ਦਿੱਤੀ ਵਣ ਸਕਦੀ ਪੁਨੀ ਹਰਾਇਆ ਵਣ ਸਕਦਾ ਹੀ ਵਜਾ ਤੋਨੇ ਬੜੇ ਸੋਚ ਸਮਝ ਕੇ ਪਲਾਨਿੰਗ ਕੀਤੀ 1807 ਵਿੱਚ ਰਣਜੀਤ ਸਿੰਘ ਨੇ ਮਲਤਾਨ ਤੇ ਪਹਿਲਾ ਹਮਲਾ ਕੀਤਾ ਚਾਹੇ ਤੇ ਰਿਜੈਕਸ਼ਨ ਵਿੱਚ ਵੀ ਆ ਸਕਦਾ ਕਿ ਪਹਿਲਾ ਹਮਲਾ ਮਲਤਾਨ ਤੇ ਕਰਨ ਕੀਤਾ 1807 ਵਿੱਚ ਨਵਾਬ ਸ਼ਹੀਦ ਨੂੰ ਪਹਿਲੇ ਹੀ ਹਮਲੇ ਦਾ ਇਲਮ ਹੈ उन्हें उन्ह न मुजफ्फर खान तो उन्होंने पुत्रा सिखा की फौज के मोर्चे तबाह कर दिते मुल्तान की हिफाजत करने वाली फौज की बहादुरी देकर रणजीत सिंह को तो मुल्तान पता कराने की कोई उम्मीद न रही नवाब मुजफ्फर खान की यह ख्वाहिश है जो काजी भी सडीजन काजी भी आवे हाजी तो शहीद भी आवेन ਗਾਜ਼ੀ ਤੇ ਗਾਜ਼ੀ ਤੋਂ ਬਣ ਗਏ ਹਨ ਰੰਜੀਤ ਸਿੰਘ ਦੀ شکست ਦੇਣ ਦੇ ਬਾਅਦ ਹਾਜ਼ਰੀ ਕੀਤਾ 1857 ਰੰਜੀਤ ਸਿੰਘ ਮਲਤਾਨ ਤੇ ਦੂਜਾ ਹਮਲਾ ਕੀਤਾ ਨਵਾਬ ਮੁਜ਼ਫਰ ਖਾਨ ਨੇ ਖੁਦ ਮੋਰਚਾ ਸੰਭਾਲਿਆ ਯਾਨੀ ਖੁਦ ਫੌਜੀ ਦੀ ਹਿੰਮਤ ਵੀ ਵਧਾਈ ਉਹਨਾਂ ਦੀ ਕਾਇਦਤ ਵੀ ਕੀਤੀ ਤੇ ਸਿੱਖਾਂ ਕੋਈ ਹਮਲੇ ਵਿੱਚ ਵੀ ਨਾਕਾਮ ਕਰ ਦਿੱਤਾ ਮਲਤਾਨ ਤੇ ਸਿੱਖਾਂ ਨੇ ਕਈ ਹਮਲੇ ਕੀਤੇ 1818 ਵਿੱਚ ਆਖਰੀ ਹਮਲਾ ਕੀਤਾ जो सिखा ने मुतालबा किया जो ढाई लाख रुपए तो घोड़े रणजीत सिंह को दिते बंदे मुल्तान शहर के किला सिखा के हवाले कर दिता जाए नवाब शहजाबाद चले जाए यानी कि सिखा ने आफर की नवाब मुजफ्फर खान को कि तुसा ढाई लाख रुपए तो घोड़े भी देवजे तो मुल्तान शहर भी साको देवजे तो ब हिफाजत शहजाबाद चले वाले नवाब मुजफ्फर खान डट के मुकाबला कराए बहादुर इंसान ਪਿੱਛਾ ਭਜਣ ਵਾਲੇ ਨਾ ਹਨੇ ਵਜਤ ਉਹਨਾਂ ਨੇ ਗਾਲ ਨਾ ਮੰਨੀ ਸੀ ਕਾਇਦ ਗਾ ਤੇ ਹਜ਼ੂਰੀ ਬਾਗ ਵਾਲੇ ਪਾਸੋਂ ਮਲਤਾਨ ਦੇ ਕਿਲੇ ਦਾ ਗਿਰਾਉ ਕੀਤਾ ਇਹਨੇ ਮਲਤਾਨ ਦੇ ਜਿਹੜੇ ਹਜ਼ੂਰੀ ਬਾਗ ਤੇ ਇਹ ਗਾਏ ਉਹ ਸਾਈਡ ਤੋਂ ਸਿੱਖਾਂ ਨੇ ਮਲਤਾਨ ਦਾ ਗਿਰਾਉ ਕੀਤਾ ਸ਼ਹਿਰ ਦੇ ਫਸੀਲ ਤੇ ਤੋਪਾ ਨਾਲ ਗੋਲੇ ਵਸਾਏ ਗਏ ਫਸੀਲ ਡੁੱਬ ਜਾਏ ਤਾਂ ਟੁੱਟ ਗਏ ਨਵਾਬ ਮੁਜ਼ਫਰ ਕੋਲ ਸਿਰਫ 2000 ਜਵਾਨ ਹਨ ਜਿਹੜੇ ਕਿਲੇ ਦੀ ਹਫਾਜ਼ਤ ਵਾਸਤੇ ਬਹੁਤ ਥੋੜੇ ਹਨ ਉਨਾਵ ਆਬ ਸ਼ਹੀਦ ਨੇ ਬੜੀ ਬਹਾਦਰੀ ਨਾਲ ਸ਼ਹਿਰ ਨੂੰ ਬਚਾਇਆ ਤੇ ਸਿੱਖਾਂ ਕੋ ਫਸਿਲ ਦੇ ਰਸਤੇ ਨਾ ਵੰਡਤਾ ਸਿੱਖਾਂ ਨੇ ਫਸਿਲ ਦੇ ਤੱਲੋਂ ਸੁਰੰਗ ਕੱਢ ਤੇ ਫਸਿਲ ਥਰੋੜ ਦਿੱਤੀ ਤੇ ਆਮ ਖਾਸ ਬਾਗ ਦੇ ਸਾਹਮਣੇ ਮਲਤਾਨ ਸ਼ਹਿਰ ਤੇ ਹਮਲਾ ਕਰ ਦਿੱਤਾ ਇਹ ਆਮ ਖਾਸ ਬਾਗ ਉਹ ਹੈ ਜਿਹੜੇ ਸਾਰੇ ਕਾਲਜ ਦੇ ਨੇੜੇ तरीन है यानी कि आम खास बाग के सामने ही मुलतान से हमला कर दिया नवाब मुजफ्फर खान गलियों लड़दा हो किला गया किला किला कासिम बाग भी आखा आखिर कि गोला बारी की गई सिखा ने किला कई हमले किए लेकिन हर दफा नाकामी थी एक महीना गुजर गया पर नवाब मुजफ्फर खान ना हथियार सट्टे ना कोई शर्त मनी कि शहर अपने हाथ न जित ਸਿੱਖਾਂ ਦੇ 1800 ਆਦਮੀ ਮਾਰੇ ਗਏ ਪਰ ਉਹਨਾਂ ਕੋ ਆਪਣੀ ਤਦਾਦ ਦਾ ਵਹੁ ਨਸ਼ਾ ਯਾਨੀ ਕਿ ਉਹਨਾਂ ਕੋ غرੂਰ ਹੈ ਕਿ ਅਸੀਂ ਬਹੁਤ ਤਦਾਦ ਵਿੱਚ ਹੈ ਅਸੀਂ ਤਾਕਤਵਰ ਹੈ ਅਸਾਂ ਜੀਤਵੇਂ ਅਸੀਂ ਰਣਜੀਤ ਸਿੰਘ ਆਪਣੀ ਫੌਜ ਵਿੱਚ ਇਜ਼ਾਫਾ ਕਰਿੰਦਾ ਰਹੀ ਆ ਉਹ ਰਣਜੀਤ ਸਿੰਘ ਨੂੰ ਸਲਸਾਲੀ ਯਾਨੀ ਕਿ ਫੌਜ ਉਹਨਦੇ ਕੋ ਲਾਂਦੀ ਰਹੀ ਨਵੀਂ ਕਮਕ ਆਵੰਦੀ ਹੈ ਤੇ ਉਹ ताज़ा दम थी वह मुजफ्फर खान की बहादरी के तखबा कोई कमी ना आई है मुजफ्फर खान का ईमान भी मजबूत है सिखा को बहुत तोफा हैं सिखा को तादाद भी बहुत ज्यादा है तो उन्होंने को जंगी असला भी बहुत ज्यादा है इतनी वो गोलाबारी हाल ही भी किला मज़बूत है नवा मुजफ्फर खान के थोड़े जजा अनुसार बहादुरी मुकाबला करेंदे पे हैं ਨਵਾਬ ਮੁਜ਼ਫਰ ਖਾਨ ਦੀ ਫੌਜੀ ਤਦਾਦ ਬਹੁਤ ਕਮ ਹੈ ਸੇ ਕਿ ਚਾਹੁੰਦੇ ਹਨ ਜੋ ਗਾਲ ਮਹਾਰ ਨਾਲ ਕਿਲਾ ਹੱਥ ਥਾ ਵੰਜੇ ਯਾਨੀ ਬਾਤ ਚੀਤ ਨਾਲ ਗਾਲ ਮਹਾਰ ਮਤਲਬ ਬਾਤ ਚੀਤ ਨਾਲ ਕਿਲੇ ਕੋ ਆਪਣੇ ਕਬਜ਼ੇ ਵਿੱਚ ਗਿਨ ਗਿਨੋ ਪਰ ਨਵਾਬ ਮੁਜ਼ਫਰ ਖਾਨ ਕੱਲਾ ਤਨ ਤਨਹਾ ਡਟਾ ਰਿਹਾ ਹਰ ਕੋਈ ਹੈਰਾਨ ਹੈ ਕਿ ਇਨ ਲੋਕਾਂ ਕੋ ਰਿਸ਼ਵਤ ਇਨਾਮ ਦੇ ਜ਼ਰੀਏ ਕਿਲਾ ਤੋਂ ਫਰਾਰ ਕਰਾਇਆ ਗਿਆ ਤੇ ਨਵਾਬ ਮੁਜ਼ਫਰ ਖਾਨ ਨਾਲ ਸਿਰਫ ਤਰੇ 400 ਜਾਮ ਬਾਜ਼ ਰਹਿ ਗਏ ਕਈ ਦਿਨਾਂ ਤੱਕ ਸੁਲਾ ਦੀ ਕੋਸ਼ਿਸ਼ ਚੰਦੀ ਰਹਿ ਗਈ ਸੁਲਾਦੀਨ ਕਾਮੀ ਦੇ ਬਾਦ ਕਿਲੇ ਤੇ ਵੱਡੇ ਹਮਲੇ ਦੀ ਤਿਆਰੀਆਂ ਸ਼ੁਰੂ થઈ ਗਈਆਂ। ਚੈਂਕਣੇ ਤੋਪਾਂ ਦੇ ਮੂੰਹ ਖੋਲ ਲਿਤੇ ਗਏ ਜ਼ਮੀਨ ਤੇ ਅਸਮਾਨ ਦੂਨਲ ਕਾਲੇ ਥੀ ਗਏ ਯਾਨੀ ਕਿ ਜੰਗ ਅਰੋਜ ਤੇ ਪਹੁੰਚ ਗਈ 2 ਜੂਨ 1818 ਮਲਦਾਨ ਦੇ ਲੋਕਾਂ ਵਾਸਤੇ ਕਿਆਮਤ ਆ ਦੇਹੀ ਸਿੱਖਾਂ ਨੇ ਕਿਲੇ ਤੇ ਬਹੁ ਵੱਡਾ ਹਮਲਾ ਕਰ ਦਿੱਤਾ ਸਿੱਖ ਕਿਲਾ ਦੀਵਾਰਾਂ ਤੇ ਚੜ ਗਏ ਨਵਾ ਮੁਜ਼ਫਰ ਖਾਨ ਤੇ ਉਹਦੇ ਪੁੱਤਰਾਂ ਬਹਾਦਰ ਨੇ ਮੁਕਾਬਲਾ ਕੀਤਾ ਤੇ ਸ਼ਹਾਦਤ ਦਾ ਰਤਬਾ حاصل کیدہ لو کا دن جناب نوام مظفر خان دی شہادت دی پهل سلطان دی شہادت کنو زیاده وډه رتبہ رکھے دی واسطه جو نوام مظفر خان دی دلوي شهید دی او جی همیشه خوائش هاي نوام مظفر خان واه خداترس ایماندار دیندار انصاف کرنواله ته شریعت پوبند حکمران هاي مولوی لطفلین نواب شهید حیاتی وچون دے بارے اخیای وچ ملتان مظفر خان واه نیک نواب سنوي وے نور بریه تیمورے معظیم شاه منصور دیوے او صادن سلطان ہوتے صدر رحمت سدا اکیوی رحم سدا ملتان اندر پر نور محمدی دیوے مشکل الفاظ نے معنی مشکل الفاظ یعنی سلطنت مطلب حکومت یعنی مطلب شاہ جمجمه یعنی جای پیدائش باتنی علم اندیش دین پوشیدہ anu ਸਿਪਾਹ ਗੌਰੀ ਫੌਜੀ ਮਹਾਰਾ ਸ਼ਮਸੀ ਅਹਿਬ ਜ਼ਨੀ ਤਲਾਵਰ ਤਲਵਾਰ ਚਲਾਵਣ ਪਹਿਲੇ ਫਸੀਨ ਮਤਲਬ ਦੀਵਾਰ ਗਾਜ਼ੀ ਮੁਜਾਹਿਦ ਜੀਤਣ ਵਾਲਾ ਜਿਹੜਾ ਜੰਗਜੂ ਹੁੰਦਾ ਹੈ ਨਸ਼ਾ ਹੈ ਗਰੂਰ ਹੈ ਸਿਆਕੋ ਸੁਭਾਗ ਤੇ ਤਸ਼ਰੀਹ ਦੀ ਤਰਫ ਆਨੇ ਹੈ ਕਿ ਪੈਰਾਗ੍ਰਾਫ ਅਗਰ ਇਹ ਤਾਂ ਉਹਨੇ ਸਿਆਕੋ ਸੁਭਾਗ ਕਿਹਾ ਹੋ ਸੀ ਤਸ਼ਰੀਹ ਕਿਹਾ ਹੋ ਸੀ ਇਹ ਪੈਰਾਗ੍ਰਾਫ ਦਿੱਤਾ ਗਿਆ ਹੈ ਸਿਖਾਂ ਇਹ ਬਾਤ ਹੈ ਜ਼ੂਰੀ ਬਾਗ ਵਾਲੇ ਪਾਸੋਂ ਮਲਤਾਨ ਦਾ ਗਿਰਾਵਿਤਾ ਤਾਂ ਸਭ ਤੋਂ ਪਹਿਲੇ ਸਬਕ ਦਾ ਉਨਵਾਨ ਆਸੀ यानी नवाब मुजफ्फर शहीद लिखारी दान है डॉक्टर मकबूल हसन गिलानी सियाको सबाक लिख सके पैराग्राफ मजगूरा सबक नवाब मुजफ्फर खान के सियासी किरदार उन्होंने शहादत के बारे दसा गया नवाब मुजफ्फर खान सराइकी वसेफी कदीम रियासत मुल्तान आखिरी नवाब हैं उन्होंने तालुक पठानिकाक सदु जैन ये खानदान काफ़ी वर्षा पहले अफगानिस्तान कलों हिजरत करके पाकिस्तान आए थे सरायकी समाज का हिस्सा बन गया यही इलाकेमरान नवाब मुजफ्फर खां को विरासत में मिली है क्यों जीकों पहले उन्होंने द्वारे नवाब शुजा खां भी मुलतान दे हा के हाकम उद रियासत लाहौर से सिखा ने मुल्तान उत्ते कई हमले किए लेकिन नवाब शुजा खां तो नवाब मुजफ्फर खां सिखा का मुकाबला करेंगे रहे अंत दो जून अठारह सौ अठारह को सिखा के आखिरी हमले नवाब मुजफ्फर खान शहीद थी गए वह एक नेक तो परवर इंसान हैं तशरी यानी कि आसान लफ्ज़ों में तशरीक रहे कि ਇਹ ਤਵਾਸਿ ਚ ਲਿਖਾਰੇ ਨੇ ਬਿਆਨ ਕੀਤਾ ਜੋ ਅੱਲਾ ਦੇ ਵਲੀ ਆਪਣੀ ਹਿਆਤੀ ਵਿੱਚ ਸੋਰੀ बयान किए जो मुल्तान सिखा के आखिरी हमले को बयान करते हैं इन्हें सिखा द साजे सारी फौज के नाम मुल्तान शहर उत्तर चढ़ाई का जिक्र किया शुमाल वाले पासों ईदगाह हजूर बाग के नाल अपने मोर्चे बढ़ा के किले का मुहासरा कर दिया नवाब मुसफर खान के कुछ फ़ौजी ऑफिसर जोड़ी गद्दारी करके दुश्मन न मिल चुके हैं तो किले की हिफाजत के सिर्फ दो हज़ार फौजी बाकी बच गए हैं अगर चाहे दुश्मन ने किले दहरी आबादी ਬੰਦੂਕ ਨਿਸ਼ਾਨਾ ਬਣਾਇਆ ਤੇ ਗੋਲੀ ਗੋਲਾਬਾਰੀ ਕਰਕੇ ਸ਼ਹਿਰ ਦੀ ਦੀਵਾਰ ਫੁੱਡੂ ਮਕਾਮਾਂ ਤੋਂ ਤੋੜ ਦਿੱਤਾ ਲੇਕਿਨ ਇਹਦੇ باوجود ਮਲਤਾਨੀ ਜਵਾਨਾਂ ਨੇ ਲਾਹੌਰੀ ਸਿੱਖਾਂ ਕੋ ਸ਼ਹਿਰ ਦੇ ਅੰਦਰ ਹਰਗਿਜ਼ ਦਾਖਲ ਨਾ ਥੇਵਣ ਦਿੱਤਾ ਬਾਅਦ ਅਸੇ ਫੌਜ ਨੇ ਇੱਕ ਵਾਰ ਫਸਲ ਸਰੰਗ ਕੱਢ ਕੇ ਦੀਵਾਰ ਨੂੰ ਨੁਕਸਾਨ ਪਹੁੰਚਾਇਆ ਤੇ ਸ਼ਹਿਰ ਵਿੱਚ ਦਾਖਲ ਦੇ ਗਈ ਬੁੱਢਾ ਨਹੀਂ ਕਮ ਜੇ ਨਵਾਬ ਮੁਜ਼ੱਫਰ ਖਾਨ ਸ਼ਹਿਰ ਦੀਆਂ ਗਲੀਆਂ ਵਿੱਚ ਦੁਸ਼ਮਨ ਦਾ ਮੁਕਾਬਲਾ ਕਰਿੰਦਾ ਹੈ ਕਿਲੇ ਤੇ ਪਹੁੰਚਾ ਇਹ ਜੰਗ ਵਿੱਚ ਨਵਾਬ ਮੁਜ਼ੱਫਰ ਖਾਨ ਉਹਦੇ ਪੰਜ ਪੁੱਤਰ ਤੇ ਇੱਕ ਦੀਨ شہادت ਦਰ ਉਸਮਾ ਰਤਵਾ ਹਾਸਲ ਕੀਤਾ ਤੇ ਸਿੱਖਾਂ ਨੇ ਰਿਆਸਤ ਮਿਲਤਾਨ ਉੱਤੇ ਮੁਕੰਮਲ ਕਬਜ਼ਾ ਕਰੀ ਦਿੱਤਾ